ਰਿਕਾਰਡਿੰਗ ਚਾਹੀਦੀ ਹਨ ਕਿ ਸਾਨੂੰ ਨਜ਼ਰ ਆ ਜਾਏ ਕਿ ਕਿਸ ਤਰ੍ਹਾਂ ਅਗਲੇ ਦੀ ਡੈਥ ਹੋਈ, ਕਿੱਥੇ ਅਗਲਾ ਹੈਗਾ ਇਹ ਸਾਨੂੰ ਝੂਠ ਮਾਰਨ ਦੇ ਹੈਗੀ ਕਿ 10 ਵਜੇ ਘੰਟੇ ਬਾਅਦ ਅੱਧੇ ਘੰਟੇ ਬਾਅਦ ਸਾਨੂੰ ਝੂਠ ਮਾਰ ਦੇਵੇ ਆ। ਹੁਣ ਇਹ ਡਾਕਟਰ ਸਾਹਿਬ ਭੱਜ ਰਹੇ ਆ ਕਿ ਮੈਂ 2 ਮਿੰਟ ਆਉਣਾ ਹੈ ਜਾਣਾ ਹੈ, ਇਸ ਤਰ੍ਹਾਂ ਕਰ ਰਹੇ ਆ। ਇਹਦਾ ਖੱਚਲ ਖਰਾਬ ਹੋ ਰਹੇ, 10-11 ਵਜ ਗਏ ਨੇ, ਹੋਰ ਸ਼ਾਮ ਪਾ ਦੇਣੀ ਇਹਨਾਂ ਨੇ, ਇਹਨਾਂ ਸਾਨੂੰ ਪਤਾ। ਅੰਮ੍ਰਿਤਸਰ ਦੇ EMC ਹਸਪਤਾਲ ਦੇ ਵਿੱਚ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦ ਦੇਵ ਸਾਗਰ ਨਾਮ ਦੇ ਇੱਕ ਵਿਅਕਤੀ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਉੱਥੇ ਇਸ ਮੌਕੇ ਤੇ ਮੌਜੂਦ ਦੇਵ ਸਾਗਰ ਨਾਮ ਦੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ EMC ਹਸਪਤਾਲ ਦੇ ਡਾਕਟਰਾਂ ਦੇ ਉੱਤੇ ਦੋਸ਼ ਲਾਏ ਨੇ ਕਿ ਉਹਨਾਂ ਦੀ ਲਾਪਰਵਾਹੀ ਦੇ ਚਲਦੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੀ ਮੌਤ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡਾਕਟਰ ਦੀ ਲਾਪਰਵਾਹੀ ਦੇ ਚਲਦੇ ਹੀ ਇਹ ਘਟਨਾ ਵਾਪਰੀ ਹੈ। ਤੁਹਾਨੂੰ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ CCTV ਫੁਟੇਜ ਦਿਖਾਈ ਜਾਵੇ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਦਾ ਇਲਾਜ ਚੱਲ ਰਿਹਾ ਸੀ। ਉੱਥੇ ਇਸ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਹਾਲਤ ਦਿਲ ਦਾ ਦੌਰਾ ਪੈਣ ਕਰਕੇ ਕਾਫੀ ਖਰਾਬ ਹੋ ਗਈ ਸੀ, ਜਿਸ ਦੇ ਚਲਦੇ ਉਹਨਾਂ ਨੇ ਫੌਰਨ ਡਾਕਟਰ ਦਾ ਦਰਵਾਜ਼ਾ ਖਟਖਟਾਇਆ, ਪਰ ਡਾਕਟਰ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਉਹਨਾਂ ਨੇ ਬਾਹਰੋਂ ਡਾਕਟਰ ਨੂੰ ਬੁਲਾਇਆ ਅਤੇ ਡਾਕਟਰ ਨੇ ਉਹਨਾਂ ਦੇ ਪਿਤਾ ਨੂੰ ਮ੍ਰਿਤ ਐਲਾਨ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਤੇ ਹੈਰਾਨ ਕਰ ਦੇਣ ਵਾਲਾ ਮੋੜ ਤਦ ਸਾਹਮਣੇ ਆਇਆ ਜਦ ਡਾਕਟਰ ਪੰਕਜ ਸੋਨੀ ਦੇ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੇ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲਾ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ 150 ਬੈੱਡ ਦਾ ਹਸਪਤਾਲ ਹੈ, ਜਿਸ ਦੇ ਚਲਦੇ ਮਰੀਜ਼ਾਂ ਦਾ ਮਰਨਾ ਵੀ ਜ਼ਰੂਰੀ ਹੈ। ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਆਪਣੇ ਵੱਲੋਂ ਬਹੁਤ ਹੀ ਵਧੀਆ ਇਲਾਜ ਕੀਤਾ ਹੈ ਤੇ ਜੇਕਰ ਹੁਣ ਮਰੀਜ਼ ਦੀ ਮੌਤ ਹੋ ਗਈ ਹੈ ਤਾਂ ਇਸ ਦੇ ਉਹ ਜ਼ਿੰਮੇਵਾਰ ਨਹੀਂ ਹਨ। ਪਰ ਮੇਰਾ ਨਾਂ ਆ, ਮੇਰੇ ਪਾਪਾ ਆ ਦੇਵ ਸਾਗਰ, ਉਹਨਾਂ ਨਾਮ ਆ। ਉਹਨਾਂ ਨੂੰ ਅਸੀਂ 11 ਵਜੇ ਆਪਾਂ ਮਿਲੇ ਆ, 11 ਵਜੇ ਅਸੀਂ ਉਹਨੂੰ ਮਿਲੇ ਆ, ਉਹ ਕਹਿੰਦੇ ਸੀ ਆਪਾਂ ਬਿਲਕੁਲ ਠੀਕ ਆ। ਜਦੋਂ ਉਹਨਾਂ ਨੂੰ ਹਾਰਟ ਦਿਲ ਦੀ ਪ੍ਰੋਬਲਮ ਹੋਈ ਨਾ, ਉਹ ਉਹਨਾਂ ਨੂੰ ਪ੍ਰੋਬਲਮ ਹੋਈ 4 ਵਜੇ, ਇਹ ਅਸੀਂ ਇਹਨਾਂ ਡਾਕਟਰ ਨੂੰ ਫੋਨ ਕਰਦੇ, ਡਾਕਟਰ ਨੇ ਸਾਡਾ ਫੋਨ ਅਟੈਂਡ ਨਹੀਂ ਕੀਤਾ, ਬਿਲਕੁਲ ਨਹੀਂ ਅਟੈਂਡ ਕੀਤਾ। ਇਹਨਾਂ ਨੇ ਖੁਦ ਡਾਕਟਰ ਨੂੰ ਫੋਨ ਕੀਤਾ, ਉਹਨੇ ਵੀ ਨਹੀਂ ਫੋਨ ਕੀਤਾ। ਮੈਂ ਕੋਠੀ 'ਚ ਖੁਦ ਜਾ ਕੇ ਹੋੜੇ ਖੜਕਾਉਂਦਾ ਰਿਹਾ, ਬੂਹੇ ਖੜਕਾਉਂਦਾ ਰਿਹਾ, ਇਹਨਾਂ ਨੇ ਨਹੀਂ ਮੇਰੀ ਸੁਣਾਈ ਕੀਤੀ। ਠੀਕ ਹੈ ਜੀ, ਅਸੀਂ ਬਾਹਰੋਂ ਡਾਕਟਰ ਬੁਲਾਇਆ, ਉਹ ਡਾਕਟਰ ਆਇਆ ਕਹਿੰਦਾ ਭਾਜੀ ਇਹਨਾਂ ਦੇ ਡੈਥ ਹੋ ਗਈ ਆ। ਕੀ ਮਾਮਲਾ ਕੀ ਹੈ ਬੇਟਾ? ਇਸ ਤਰ੍ਹਾਂ ਹੈ, ਕੇਸ ਸੀਗਾ ਉਹਦਾ, ਲੀਵਰ ਅਪਸੈਸ ਸੀਗਾ ਉਹਨੂੰ, ਠੀਕ ਹੈ, ਬਹੁਤ ਵੱਡਾ ਲੀਵਰ ਅਪਸੈਸ ਸੀਗਾ ਉਹਦਾ। ਪੇਸ਼ੈਂਟ ਕਾਫੀ ਸਿੱਕ ਸੀਗਾ, ਸੈਪਟਿਕ ਸ਼ੌਕ 'ਚ ਸੀਗਾ, ਸੋ ਉਹਨੂੰ ਪੇਸ਼ੈਂਟ ਆਈਨੋਟ੍ਰੋਪ ਦੇ ਉੱਤੇ ਸੀਗਾ। ਆਈਨੋਟ੍ਰੋਪਸ ਹੁੰਦੇ ਜਿਹੜੇ ਬਲੱਡ ਪ੍ਰੈਸ਼ਰ ਵਧਾਉਣ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਪੇਸ਼ੈਂਟ ਨੂੰ। ਸੋ ਉਹ ਪੇਸ਼ੈਂਟ ਨੂੰ ਅਸੀਂ ਪਿਕਟੇਲ ਕੈਥੇਟਰ ਪਾਈ, ਪਿਕਟੇਲ ਕੈਥੇਟਰ ਪਾਉਣ ਤੋਂ ਬਾਅਦ ਉਹਦਾ ਅਰਾਊਂਡ 400-500 ml ਪਸ ਫਰੈਂਕ ਪਸ ਨਿਕਲੀ। ਉਹ ਪੇਸ਼ੈਂਟ ਸੈਪਟਿਕ ਸ਼ੌਕ 'ਚ ਚਲਾ ਗਿਆ ਐਂਡ ਅਲਟੀਮੇਟਲੀ ਵੈਂਟ ਇਨ ਟੂ ਕਾਰਡੀਕ ਅਰੈਸਟ। ਸੋ ਇਹਦੇ ਵਿੱਚ ਹੁਣ ਡਾਕਟਰਸ ਕੀ ਕਰ ਸਕਦੇ? ਡਾਕਟਰਸ ਨੇ ਤਾਂ ਜੋ ਟ੍ਰੀਟਮੈਂਟ ਸਟਿਪੂਲੇਟਿਡ ਹੈ ਉਹ ਕੀਤਾ। ਸੋ ਅਸੀਂ ਇਹ ਤਾਂ ਨਹੀਂ ਕਰ ਸਕਦੇ ਨਾ ਕਿ ਸਾਰੇ ਮਰੀਜ਼ ਜੇ ਬਚਣੇ ਹੋਣ ਤਾਂ ਫਿਰ ਡਾਕਟਰਾਂ ਦੀ ਲੋੜ ਹੀ ਨਹੀਂ ਹੈ, ਫਿਰ ਤਾਂ ਅਮਰ ਹੈ ਸਾਰੇ ਪੇਸ਼ੈਂਟ। ਬੇਟਾ ਜਿਹਦਾ ਮਰੀਜ਼ ਮਰਦਾ ਨਾ, ਉਹਨੂੰ ਗ੍ਰੀਵੀਅੰਸ ਹੁੰਦੀ ਹੈ। ਜੇ ਮੇਰਾ ਵੀ ਮਰੇਗਾ ਨਾ, ਮੈਨੂੰ ਵੀ ਲੱਗੇਗਾ ਕਿ ਮੈਂ ਇਸ ਤੋਂ ਬੈਟਰ ਹੋ ਸਕਦਾ ਸੀ, ਕਿ ਆਪਾਂ ਜੋ ਕੀਤਾ ਪੇਸ਼ੈਂਟ ਦਾ ਇਸ ਤੋਂ ਬੈਟਰ ਆਪਾਂ ਕੁਛ ਨਹੀਂ ਕਰ ਸਕਦੇ ਸੀ, ਔਰ ਇੰਟਰਨੈਸ਼ਨਲੀ ਕਿਤੇ ਨਹੀਂ ਸੀ ਹੋ ਸਕਦਾ। ਉੱਥੇ ਦੱਸਣਯੋਗ ਹੈ ਕਿ ਇਸ ਪੂਰੇ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਤੇ ਉਹ ਜਾਂਚ ਕਰ ਰਹੇ ਨੇ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੁਲਿਸ ਇਸ ਮਾਮਲੇ ਤੇ ਕੀ ਰੁੱਖ ਅਪਣਾਉਂਦੀ ਹੈ। ਹੁਣ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆ ਸਕੇਗਾ। ਅੱਜ ਹੀ ਇੱਥੇ ਮੈਨੂੰ ਫੋਨ ਗਿਆ ਸੀ ਆਪਣਾ, ਮੈਂ ਹੋਸਪਿਟਲ EMC ਆਇਆ ਸੀ ਅਤੇ ਉੱਥੇ ਪਤਾ ਲੱਗਾ ਵੀ ਦੇਵ ਸਾਗਰ ਕਰੀਬ 2-3 ਦਿਨ ਤੋਂ ਇੱਥੇ ਦਾਖਲ ਸੀ, ਅੱਜ ਉਹਨਾਂ ਦੀ ਸੁਬਾਹ ਮੌਤ ਹੋ ਗਈ ਹੈ। ਅਤੇ ਮੌਤ ਹੋ ਗਈ ਆ, ਉੱਥੇ ਤੁਰੰਤ ਆਏ ਹਾਂ। ਜਿਹੜੇ ਘਰ ਵਾਲਿਆਂ ਦਾ ਇਲਜ਼ਾਮ ਹੈ ਵੀ ਸਾਨੂੰ ਜਿਹੜੀ ਆ ਇਹਦੀ ਫੁਟੇਜ ਦਿਖਾਈ ਜਾਵੇ, ਜਿਹੜੀ ਇਹਦੇ ਟ੍ਰੀਟਮੈਂਟ ਹੋਈ ਆ, ਪਰ ਹੁਣ ਤੱਕ ਡਾਕਟਰਾਂ ਸਾਹਿਬ ਨੇ ਕੋਈ ਵੀ ਮਤਲਬ ਫੁਟੇਜ ਨਹੀਂ ਦਿਖਾਈ ਗਈ ਉਹਨਾਂ ਦਾ, ਅਤੇ ਇਹਦਾ ਜਿਹੜਾ ਬਿਆਨ ਦੇਖ ਕੇ ਕਾਰਵਾਈ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ। ਧਰਮਵੀਰ ਗਿੱਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।